जल सप्लाई दुनिया नंबर 31 का जिला जनरल सकत्तर अज असी ठेका मुलाजम संघर्ष बोर्ड की कॉल के उपर इकट्ठे हुए हैं। पंजाब सरकार की आर्थिक रूप पिछले समय के लगातार संघर्ष किया गया मरिंडे की धरती के जिते 70 दिन बहन तो बाद भी साड़ी मुख्यमंत्री चन्नी ने गल नहीं सुनी। उस तो बाद असी रोड जाम किए तो सानू जी 29 तरीक की मीटिंग दी गई है। कल पिछले दिन साड़ी जी डिप्टी सीएम के नाल साडे आगुआ ने सवाल कर दी गल की तो साढ़े सवालों का जवाब देने की बजाय सानू धमकियां दित्तियां तो साडे साथियों नू नौकरी तो फारग कर दी उन्होंने गल की जिहदे विरोध के अज पूरे पंजाब के पंजाब सरकार की जिहड़ी है वो आर्थी फूकी है आर्थी फूक के अपना जिहड़ा रोस प्रगट किया है। जिते ये चन्नी गल करता कि मैं मसले हल कर रहा जो मसलों की गल करने की गल की उन्होंने उन्होंने जोड़े मंत्री है या उन्होंने डिप्टी सीएम है वो ठेका कामियां धमकियां दिता कि मैं तुम्हें पोस्टों करावगा या फिर तुम्हें जी तारी नौकरियों को फारग कराँगा। असं इस विरोध के लगातार पूरे पंजाब का जो विरोध कर रहे हैं। जेकर साड़ी 29 तरीक की मीटिंग जी मोर्चे दी गई है वो साड़िया मंगां मन के साडा हल ना किया गया समूह कैटागरिया विभाग में लैके रेगूलर ना किया गया तो आने वाले समय के पूरे पंजाब पट्टे जोड़े वो इस सरकार का विरोध होएगा जी निरोल जिम्मेवारी पंजाब सरकार की।
ਪੈਸਕੋ ਮੁਲਾਜ਼ਮ ਜਿਹੜੇ ਕਿ ਪੰਜਾਬ ਦੇ ਪਾਵਰਕੌਮ ਦੇ ਵਿੱਚ ਕੰਮ ਕਰਦੇ ਆ, ਜਿਹੜੇ ਪੰਜਾਬ ਦੇ ਹਾਈਡਰ ਪ੍ਰੋਜੈਕਟ ਸਾਰਿਆਂ ਦੇ ਵਿੱਚ ਤਕਰੀਬਨ ਆਊਟਸੋਰਸਿੰਗ ਜਿਹੜੀ ਆ ਉਹ ਕੰਮ ਕਰ ਰਹੀ ਆ। ਹੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਲਗਾਤਾਰ ਵੀ ਜਿਹੜੇ ਪੱਕੇ ਮੁਲਾਜ਼ਮ ਆ ਲਗਾਤਾਰ ਐਜੂਕੇਸ਼ਨ ਕਰ ਰਹੇ ਆ ਕਾਫੀ ਦਿਨਾਂ ਤੋਂ, ਉਹਨਾਂ ਦੀ ਜਗ੍ਹਾ ਆਊਟਸੋਰਸ ਮੁਲਾਜ਼ਮ ਹੀ ਡਿਊਟੀਆਂ ਦੇ ਰਹੇ ਆ। ਪਰ ਫਿਰ ਵੀ ਜਿਹੜੀ ਚੰਨੀ ਸਰਕਾਰ ਹੈਗੀ ਆਪਣੇ ਆਪ ਨੂੰ ਗਰੀਬਾਂ ਦੀ ਸਰਕਾਰ ਹੁੰਦੀ ਆ, ਇਹ ਕੰਮ ਕਰਨ ਦੀ ਬਜਾਏ ਆਪਣੇ ਹੀ ਜਿਹੜੇ ਮੰਤਰੀਆਂ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੇ ਉੱਤੇ ਰੁੱਝੀ ਹੋਈ ਹੈ, ਜਿਹੜੇ ਕਿ ਆਪਣਾ ਕਾਰੋਬਾਰ ਪਹਿਲਾਂ ਹੀ ਪੈਸੇ ਨਾਲ ਭਰ ਚੁੱਕੇ ਆ, ਫਿਰ ਵੀ ਉਹਨਾਂ ਦੇ ਪੱਕ ਪੂਰਾ ਜੋ ਉਤਾਰੂ ਹੈ। ਪਰ ਜਿਹੜੇ ਆਊਟਸੋਰਸਿੰਗ ਮੁਲਾਜ਼ਮ ਆਪਣੇ ਜਖਮ ਜਾਨਾਂ ਜਿਹੜੀਆਂ ਜੋਖਮ 'ਚ ਪਾ ਕੇ ਆਪਣੇ ਦਿਨ ਰਾਤ ਇੱਕ ਕਰਕੇ ਫਿਰ ਵੀ ਪੰਜਾਬ ਦੀ ਜਨਤਾ ਨੂੰ ਸੁਖਮ ਸਹੂਲਤ ਦੇਣ ਨੂੰ ਤਿਆਰ ਬੈਠੇ ਨੇ, ਹਰ ਮੁਸ਼ਕਲ ਦੇ ਵਿੱਚ ਉਹਨਾਂ ਨਾਲ ਖੜੇ ਨੇ। ਪਰ ਚੰਨੀ ਸਰਕਾਰ ਉਹਨਾਂ ਨੂੰ ਨੌਕਰੀਆਂ 'ਤੇ ਪੱਕਾ ਕਰਨ ਦੀ ਬਜਾਏ, ਪੱਕਾ ਰੁਜ਼ਗਾਰ ਮੁਹੱਈਆ ਕਰਾਉਣ ਦੀ ਬਜਾਏ ਉਹਨਾਂ ਨੂੰ ਧਮਕੀਆਂ ਦੇ ਰਹੀ ਹੈ। ਜਿੱਦਾਂ ਕਿ ਕੱਲ੍ਹ ਦੀ ਦਿਹਾੜੀ ਦੇ ਵਿੱਚ ਹੋਇਆ, ਮੁੱਖ ਮੰਤਰੀ ਡਿਪਟੀ CM ਜਿਹੜਾ ਸੁਖੀ ਰੰਧਾਵਾ ਅਤੇ ਰਾਜਾ ਬਣੇਕ ਨੇ ਧਮਕੀਆਂ ਦਿੱਤੀਆਂ ਨੇ ਮੁਲਾਜ਼ਮਾਂ ਦੁਸ਼ਾਨ ਤੋਂ ਬਈ, ਵਿਰੋਧ ਕਰ ਰਹੇ ਮੁਲਾਜ਼ਮਾਂ ਨੂੰ ਧਮਕੀਆਂ ਦਿੱਤੀਆਂ ਨੌਕਰੀਆਂ ਤੋਂ ਫਾਰਗ ਕਰਨ ਦੀਆਂ, ਜਦਕਿ ਉਹਨਾਂ ਦੀ ਬੋਲਬਾਣੀ ਜਿਹੜੀ ਸੀਗੀ ਇਹੋ ਜਿਹੀ ਬੋਲਬਾਣੀ ਡਿਪਟੀ CM ਨੂੰ ਸ਼ੋਭਾ ਨਹੀਂ ਦਿੰਦੀ। ਪਰ ਫਿਰ ਵੀ ਉਹਨਾਂ ਦੇ ਜੋ ਕੀਚਾ ਕਰਾਇਆ ਸੀਗਾ ਉਹ ਅਗਲੇ ਆਉਣ ਵਾਲੇ ਚੋਣਾਂ ਦੇ ਵਿੱਚ ਪੰਜਾਬ ਸਰਕਾਰ ਨੂੰ ਭੁਗਤਣਾ ਪਵੇਗਾ।